ओके हेलो गाइस वेलकम बैक ऑन माय YouTube चैनल ता आज एक ਹੋਰ ਜੰਬੋ ਕਯੂ ਕਾਰਡ ਲੈ ਕੇ ਆਇਆ ਜੰਬੋ ਕਯੂ ਕਾਰਡ ਛੋਟੇ ਹੋ ਗਏ ਲਾਈਕ ਪਹਿਲਾਂ 10 10 ਇਨ 1 ਬਣ ਜਾਂਦਾ ਸੀ 18 ਇਨ 1 ਬਣ ਜਾਂਦਾ ਸੀ 14 ਇਨ 1 ਬਣ ਜਾਂਦਾ ਸੀ ਬਟ ਹੁਣ 4 ਇਨ 1 5 ਇਨ 1 ਬਣ ਰਹੇ ਨੇ ਕਿਉਂਕਿ 10 ਜੰਬੋ ਕਯੂ ਕਾਰਡ ਮੈਂ ਆਲਰੇਡੀ ਅਪਲੋਡ ਕਰ ਦਿੱਤੇ ਨੇ ਜਿਦੇ ਵਿੱਚ ਅਪਰੋਕਸੀਮੇਟਲੀ 70 ਤੋਂ 75 ਕਯੂ ਕਾਰਡ ਮੈਂ ਕਵਰ ਕਰ ਚੁੱਕਿਆ ਲਾਈਕ ਤੁਸੀਂ ਉਹ 10 ਵੀਡੀਓਜ਼ ਦੇਖ ਲਓਗੇ ਨਾ ਤਾਂ ਤੁਹਾਨੂੰ ਸਾਰੇ ਦੇ ਸਾਰੇ ਕਯੂ ਕਾਰਡ ਕਰਨ ਦੀ ਲੋੜ ਨਹੀਂ ਠੀਕ ਹੈ ਤਾਂ ਓਕੇ ਉਹਨਾਂ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਤੁਸੀਂ ਇੱਕ ਇੱਕ ਕਰਕੇ ਦੇਖ ਸਕਦੇ ਹੋ ਤੁਹਾਨੂੰ 2-3 ਦਿਨ ਲੱਗਣਗੇ ਪਰ ਉਸ ਤੋਂ ਬਾਅਦ ਆਏ ਨਹੀਂ ਕਿ ਫਿਰ ਸਪੀਕਿੰਗ ਚ ਪ੍ਰੋਬਲਮ ਆਊਗੀ ਠੀਕ ਹੈ ਤਾਂ ਅੱਜ ਦੇ ਜੰਬੋ ਕਯੂ ਕਾਰਡ ਕਿਹੜੇ ਆ ਡਿਸਕ੍ਰਾਈਬ ਅ ਟਾਈਮ ਵੈਨ ਯੂ ਨੀਡੇਡ ਟੂ ਯੂਜ਼ ਇਮੇਜਿਨੇਸ਼ਨ ਇੱਕ ਟਾਈਮ ਜਦੋਂ ਤੁਹਾਨੂੰ ਤੁਹਾਨੂੰ ਸੋਚਣਾ ਪਿਆ ਕਿ ਮੈਂ ਆਪਣੀ ਇਮੇਜਿਨੇਸ਼ਨ ਯੂਜ਼ ਕਰਾਂ ਕੁਝ ਬਣਾਉਣ ਦੇ ਲਈ ਜਾਂ ਕੁਝ ਪ੍ਰੋਬਲਮ ਚ ਫਸ ਗਿਆ ਵਾਂ ਉੱਥੋਂ ਨਿਕਲਣ ਦੇ ਲਈ ਠੀਕ ਹੈ ਡਿਸਕ੍ਰਾਈਬ ਐਨ ਓਕੇਜਨ ਵੈਨ ਯੂ ਵਰ ਨਾਟ ਅਲਾਉਡ ਟੂ ਯੂਜ਼ ਯਰ ਮੋਬਾਈਲ ਫੋਨ ਮੈਂ ਦੇਖੋ ਜੀ ਆਪਾਂ ਇੱਕ ਸਟੋਰੀ ਬਣਾਵਾਂਗੇ ਕਿ ਸਕੂਲ ਦੇ ਵਿੱਚ ਇੱਕ ਫੰਕਸ਼ਨ ਹੋਇਆ ਠੀਕ ਹੈ ਜਿੱਥੇ ਉਹਨਾਂ ਨੇ ਮੈਨੂੰ ਪੇਂਟ ਕਰਨ ਲਈ ਦਿੱਤਾ ਤੇ ਉੱਥੇ ਮੈਂ ਆਪਣੀ ਇਮੇਜਿਨੇਸ਼ਨ ਯੂਜ਼ ਕੀਤੀ ਸਾਨੂੰ ਮੋਬਾਈਲ ਫੋਨ ਅਲਾਉਡ ਨਹੀਂ ਸੀਗੇ ਠੀਕ ਹੈ ਡਿਸਕ੍ਰਾਈਬ ਅ ਡਿਫਿਕਲਟ ਥਿੰਗ ਯੂ ਡਿਡ ਇਹੀ ਤਾਂ ਕੰਮ ਸੀ ਪੇਂਟ ਜਿਹੜਾ ਕਰਨਾ ਸੀ ਉਹ ਮੈਨੂੰ ਡਿਫਿਕਲਟ ਬੜਾ ਲੱਗਿਆ ਠੀਕ ਹੈ ਅੱਗੇ ਚੱਲੋ ਡਿਸਕ੍ਰਾਈਬ ਅ ਨ ਆਰਟ ਔਰ ਕ੍ਰਾਫਟ ਐਕਟੀਵਿਟੀ ਦੈਟ ਯੂ ਹੈਡ ਤਾਂ ਆਹੀ ਤਾਂ ਕੰਮ ਹੈ ਆਰਟ ਐਂਡ ਕ੍ਰਾਫਟ ਐਕਟੀਵਿਟੀ ਦੇ ਵਿੱਚ ਮੈਂ ਪਾਰਟ ਲਿਆ ਮੈਂ ਪੇਂਟਿੰਗ ਕੀਤੀ ਤੇ ਮੈਨੂੰ ਔਖਾ ਲ ਉਕਾ ਸਟੋਰੀ ਤੋਂ ਪਹਿਲਾਂ ਇੱਕਾ ਛੋਟਾ ਜਿਹਾ ਵਿਊ ਹੈ ਇੱਕ ਆਫਰ ਹੈਗਾ ਤੁਹਾਡੇ ਸਾਰਿਆਂ ਦੇ ਲਈ ਜਿਹੜਾ ਆਪਣਾ ਸਪੀਕਿੰਗ ਵਾਲਾ ਗਰੁੱਪ ਹੈ ਨਾ ਜਿਹਦੇ 'ਚ ਮੈਂ ਸੰਡੇ ਨੂੰ ਫ੍ਰੀ ਕਲਾਸ ਦਿੰਨਾ ਸਪੀਕਿੰਗ ਦੀ ਤੇ ਨਾਲ ਇੱਕ ਅੱਧਾ ਮੋਡਿਊਲ ਕਈ ਵਾਰੀ ਹੋਰ ਵੀ ਪੜਾ ਦਿੰਨੇ ਆ ਜੇ ਟਾਈਮ ਬਚ ਜੇ ਤਾਂ ਤੇ ਉਹਦੇ 'ਚ ਜੇ ਤੁਸੀਂ 5 ਆਇਲਸ ਦੇ ਸਟੂਡੈਂਟ ਐਵੇਂ ਨਹੀਂ ਉਰਾ ਪਰਾਂ ਦੇ ਨਹੀਂ ਜਿਹੜੇ ਆਇਲਸ ਕਰ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਨੂੰ ਵੀ ਨੀਡ ਹੈ ਵੀ ਉੱਥੇ ਬੈਨੀਫਿਟ ਲੈ ਲੈਣ 5 5 ਸਟੂਡੈਂਟ ਜੇ ਇੱਕ ਬੱਚਾ ਜੁਆਇਨ ਕਰਾਉਂਦਾ ਨਾ ਮੈਂ ਦੱਸਾਂਗਾ ਜੰਬੋ ਕਿਊ ਕਾਰਡ ਤੁਸੀਂ ਆਪੇ ਕਿਵੇਂ ਬਣਾ ਸਕਦੇ ਹੋ ਕੋਈ ਔਖਾ ਨਹੀਂ ਹੈਗਾ ਜਸਟ ਇੱਕ ਫਾਰਮੂਲਾ ਹੈ ਜਿਹੜਾ ਮੈਂ ਯੂਜ਼ ਕਰ ਰਿਹਾ ਤੇ ਜੰਬੋ ਕਿਊ ਕਾਰਡ ਤੁਹਾਨੂੰ ਬਣਾ ਬਣਾ ਕੇ ਦੇਈ ਜਾਣਾ ਤੁਹਾਨੂੰ ਫਿਰ ਲੋੜ ਹੀ ਨਹੀਂ ਪੈਣੀ ਕਿਸੇ ਦੇ ਅੱਗੇ ਕਹਿ ਲੋ ਕਿ ਕਿਸੇ ਦੇ ਮੂੰਹ ਨੂੰ ਦੇਖਣ ਦੀ ਵੀ ਕੋਈ ਜੰਬੋ ਕਿਊ ਕਾਰਡ ਬਣਾਏ ਹਨ ਤੁਸੀਂ ਆਪੇ ਹੀ ਘਰੇ ਬਣਾ ਲੈਣੇ ਆ ਠੀਕ ਹੈ ਇੱਕ ਫਾਰਮੂਲਾ ਹੈ ਉਹ ਤੁਹਾਨੂੰ ਮੈਂ ਦੱਸ ਦਾਂਗਾ ਜਿਹੜਾ ਬੱਚਾ ਇਸ ਟਾਰਗੇਟ ਨੂੰ ਪੂਰਾ ਕਰੇਗਾ 5 ਸਟੂਡੈਂਟ ਆਇਲਸ ਵਾਲੇ ਜੁਆਇਨ ਕਰਾਉਣੇ ਆਇਲਸ ਵਾਲੇ ਠੀਕ ਹੈ ਤੇ ਉਹ ਤੁਹਾਨੂੰ ਲਿੰਕ ਜਿਹੜਾ ਹੈ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਉੱਥੋਂ ਲਿੰਕ ਕਾਪੀ ਕਰਨਾ ਜਾਂ ਮੈਨੂੰ ਮੈਸੇਜ ਕਰਕੇ ਮੇਰੇ ਤੋਂ ਲਿੰਕ ਲੈ ਲੈਣਾ ਤੁਸੀਂ ਬਸ ਉਹ ਲਿੰਕ ਉਹਨਾਂ ਨੂੰ ਭੇਜਣਾ ਉਹ ਜੁਆਇਨ ਕਰਨਗੇ ਉਹ ਗਰੁੱਪ ਨੂੰ ਓਪਨ ਕਰਨਗੇ ਜੁਆਇਨ ਹੋ ਜਾਣਗੇ ਠੀਕ ਹੈ ਉਸ ਤੋਂ ਬਿਨਾ ਸੈਂਟੈਂਸ ਫਾਰਮੇਸ਼ਨ ਦੀ ਕਲਾਸ ਹੈ ਜੀ 1900 ਰੁਪਏ ਫੀਸ ਹੈ ਔਰ ਇਹ ਸਿਰਫ ਉਹੀ ਜਾਣਦੇ ਨੇ ਜਿਨ੍ਹਾਂ ਨੇ ਕਲਾਸ ਲਵਾਈ ਹੈ ਲਾਈਕ ਸੈਂਟੈਂਸ ਫਾਰਮੇਸ਼ਨ ਬੜੀ ਵੱਡੀ ਚੀਜ਼ ਆ ਤੁਹਾਨੂੰ ਸਪੀਕਿੰਗ ਵੀ ਇੰਪਰੂਵ ਹੁੰਦੀ ਆ ਤੁਹਾਡੀ ਤੇ ਟਾਸਕ 1 অর 2 ਵੀ ਇੰਪਰੂਵ ਹੁੰਦਾ ਇਵਨ ਜੀਟੀ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੀ ਐਪਲੀਕੇਸ਼ਨ ਵੀ ਇੰਪਰੂਵ ਹੁੰਦੀ ਆ ਸੈਂਟੈਂਸ ਫਾਰਮੇਸ਼ਨ ਦਾ ਮਤਲਬ ਇਹ ਨਹੀਂ ਹੁੰਦਾ RAM ਸਕੂਲ ਜਾਂਦਾ ਹੈ ਤੇ ਸ਼ਾਮ ਸਕੂਲੋਂ ਆਉਂਦਾ ਹੈ ਉਹ ਨਹੀਂ ਕਰਾਉਂਦਾ ਮੈਂ ਮੈਂ ਐਡਵਾਂਸ ਲੈਵਲ ਦੀ ਗ੍ਰਾਮਰ ਕਰਾਉਣਾ ਜਿਹੜੀ ਆਲਸ ਵਾਲੀ ਗ੍ਰਾਮਰ ਆ ਠੀਕ ਹੈ ਤਾਂ ਸਿਰਫ 1900 ਰੁਪਏ ਫੀਸ ਹੈ ਜੁਆਇਨ ਕਰ ਸਕਦੇ ਹੋ 7:40 ਤੇ ਰਾਤ ਨੂੰ ਕਲਾਸ ਹੁੰਦੀ ਹੈ ਇੱਕ ਮੈਂ ਥੱਲੇ ਚੀਜ਼ ਲਿਖੀ ਐ A ਤੇ B ਹੁਣ ਬਹੁਤ ਬੱਚੇ ਏ ਬੀ ਦੇ ਵਿੱਚ ਫਸੇ ਹੋਏ ਨੇ ਕਿਹੜੀ ਉਹ ਗੱਲ ਕੀ ਹੈ ਕਿ ਜੇ ਆਹ ਵਾਲਾ ਕੰਮ ਹੋ ਜੇ ਨਾ ਤੇ ਆਹ ਤਾਂ ਮੈਂ ਦੂਜਾ ਤਾਂ ਮੈਂ ਆਪੇ ਹੀ ਕਰ ਲੈਣਾ ਤੇ ਜਿਹੜਾ ਆਪਾਂ ਏ ਨੰਬਰ ਵਾਲਾ ਕੰਮ ਆਪਾਂ ਕਹਿੰਨੇ ਨਾ ਵੀ ਆਹ ਹੋ ਜੇ ਦੂਜਾ ਮੈਂ ਆਪੇ ਕਰ ਲਵਾਂ ਤੇ ਜਿਹੜਾ ਆਹ ਵਾਲਾ ਕੰਮ ਉਹ ਆਪਾਂ ਕਿਸਮਤ ਤੇ ਛੱਡਿਆ ਹੋਇਆ ਦੂਜਾ ਕੰਮ ਚਲੋ ਆਪਾਂ ਕੀ ਕਿ ਟੈਸਟ ਨਿਕਲ ਜੇ ਕੈਨੇਡਾ ਜਾ ਕੇ ਤਾਂ ਮੈਂ ਆਪੇ ਪੈਸੇ ਕਮਾ ਲੈਣੇ ਆ ਆਸਟ੍ਰੇਲੀਆ ਜਾ ਕੇ ਤਾਂ ਮੈਂ ਆਪੇ ਪੈਸੇ ਕਮਾ ਲੈਣੇ ਆ ਹੁਣ ਟੈਸਟ ਲਈ ਹੀ ਤਾਂ ਕੁਝ ਕੀਤਾ ਨਹੀਂ ਜਾ ਰਿਹਾ ਐਸਟਲੀ ਇਨ ਨੌਲੇਜ ਲੈਣ ਲਈ ਕਦੇ ਨਾ ਮਨੀ ਦਾ ਨਾ ਸੋਚਿਆ ਕਰੋ ਠੀਕ ਹੈ ਜੇ ਤੁਹਾਨੂੰ ਕੋਈ ਬੰਦਾ ਅੱਛਾ ਲੱਗਦਾ ਨਾ ਤਾਂ ਜਿਆਦਾ ਸੋਚੋ ਨਾ ਵੀ ਇਹ ਮੈਨੂੰ ਸਹੀ ਗਾਈਡ ਕਰ ਸਕਦਾ ਹੈ ਜੁਆਇਨ ਕਰ ਲਿਆ ਕਰੋ ਮੈਂ ਆਪਣੇ ਆਪ ਨੂੰ ਨਹੀਂ ਕਹਿ ਰਿਹਾ ਤੁਸੀਂ ਕਿਤੇ ਹੋਰ ਵੀ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਬਟ ਵਾਈਜ਼ਲੀ ਚੂਜ਼ ਕਰਿਆ ਕਰੋ ਆਪਣਾ ਟੀਚਰ ਓਕੇ ਤਾਂ ਚਲੋ ਸਬਸਕ੍ਰਾਈਬ ਕਰਿਓ ਜ਼ਰੂਰ ਚੈਨਲ ਨੂੰ ਆਬਲੀਗੇਟਰੀ ਇੱਕ ਵਰਡ ਲਿਖਿਆ ਆਬਲੀਗੇਟਰੀ ਦਾ ਮਤਲਬ ਹੁੰਦਾ ਮੰਡੇਟਰੀ ਤਾਂ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰਿਓ ਠੀਕ ਹੈ I need your support and I, if you help me help me I will help you too okay ਲਾਈਕ ਤੇ ਕਮੈਂਟ ਦੇ ਵਿੱਚ ਆਪਦਾ ਰਿਵਿਊ ਲਿਖੋ ਕਿ ਕੀ ਮੇਰੀ ਟੀਚਿੰਗ ਦੇ ਬਾਰੇ ਫੀਲ ਕਰਦੇ ਹੋ ਚਲੋ ਜੀ ਜੰਬੋ ਤੇ ਆਉਨੇ ਆ ਫਰਮ ਮਾਈ ਚਾਈਲਡਹੂਡ ਟੂ ਥਿਸ ਪ੍ਰੈਸੈਂਟ ਟਾਈਮ ਆਈ ਹੈਵ ਪਾਰਟਿਸਪੇਟਿਡ ਸੋ ਮੈਨੀ ਕੰਪੀਟੀਸ਼ਨਸ ਠੀਕ ਹੈ ਤਾਂ ਇਹ ਚੀਜ਼ ਤੁਸੀਂ ਯੂਜ਼ ਕਰ ਸਕਦੇ ਹੋ ਆਈ ਵਾਸ ਨੋਟ ਅਲੌਡ ਸੋ ਮੈਨੀ ਟਾਈਮ ਟੂ ਯੂਜ਼ ਮਾਈ ਮੋਬਾਈਲ ਫੋਨ ਹੋਰ ਕਿਹੜਾ ਸੀਗਾ ਆਈ ਹੈਵ ਡਨ ਸੋ ਮੈਨੀ ਡਿਫਿਕਲਟ ਵਰਕਸ ਜਸਟ ਤੁਸੀਂ ਇੱਥੇ ਆਪਣੀ ਲਾਈਨ ਨੂੰ ਫਿਕਸ ਕਰਨੀ ਹੈ ਜਿਹੜਾ ਕਯੂ ਕਾਰਡ ਤੁਸੀਂ ਬੋਲਣਾ ਐਨਾ ਕੰਮ ਤਾਂ ਤੁਸੀਂ ਕਰ ਹੀ ਲਓਗੇ ਮੈਂ ਇਹ ਕਹਿਣਾ ਹੁਣਾ ਕੇ 80% ਕੰਮ ਮੇਰਾ 20% ਤੁਹਾਡਾ ਉਸ ਤੋਂ ਬਾਅਦ ਇੱਕ ਲਾਈਨ ਫਿਕਸ ਹੈ ਆਲਥੋ ਸਮ ਟਾਈਮ ਮਾਈ ਐਕਸਪੀਰੀਅੰਸ ਵਾਸ ਨੋਟ ਅਪ ਟੂ ਦੀ ਮਾਰਕ ਬਟ ਦੀ ਮੇਜੋਰਟੀ ਆਫ ਦੀ ਟਾਈਮ ਆ ਵਾਸ ਓਵਰ ਦਾ ਮੂਨ ਠੀਕ ਹੈ ਕਿ ਮੈਂ ਬਹੁਤ ਕੰਪੀਟੀਸ਼ਨਸ ਦੇ ਵਿੱਚ ਪਾਰਟ ਲਿਆ ਭਾਵੇਂ ਕਦੇ-ਕਦੇ ਮੇਰਾ ਤਜਰਬਾ ਬਹੁਤਾ ਵਧੀਆ ਨਹੀਂ ਸੀ ਪਰ ਬਹੁਤ ਜ਼ਿਆਦਾ ਵਾਰ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਸੀਗਾ ਠੀਕ ਹੈ ਉਸ ਤੋਂ ਬਾਅਦ ਹਾਊਏਵਰ ਜਿਹੜਾ ਕਿਊ ਕਾਰਡ ਬੋਲਣਾ ਉਹਦੀ ਲਾਈਨ ਇੱਥੇ ਪਾ ਦੇਣੀ ਹੈ ਹੇਅਰ ਆਈ ਵੁੱਡ ਲਾਈਕ ਟੂ ਨਰੇਟ ਅਬਾਊਟ ਅ ਟਾਈਮ ਵੈਨ ਆ ਯੂਜ਼ਡ ਮਾਈ ਇਮੇਜਿਨੇਸ਼ਨ ਵੈਨ ਆ ਵਾਸ ਨੋਟ ਅਲਾਉਡ ਟੂ ਯੂਜ਼ ਮਾਈ ਮੋਬਾਈਲ ਫੋਨ ਵੈਨ ਆ ਡਿਡ ਅ ਡਿਫਿਕਲਟ ਟਾਸਕ ਠੀਕ ਹੈ ਉਹ ਲਾਈਨ ਪਾ ਕੇ ਅੱਗੇ ਕਹਿ ਦੇਣਾ ਦੈਟ ਇਜ਼ ਨਨ ਅਦਰ ਥੈਨ ਡਰਾਈਵਿੰਗ ਸਕਿਲਸ दैट इज ਨਨ ਅਦਰ ਦੈਨ ਪੇਂਟਿੰਗ दैट इज ਨਨ ਅਦਰ ਦੈਨ ਸਕੂਲ ਕੰਪੀਟੀਸ਼ਨ ਠੀਕ ਹੈ ਇਹ ਵਾਲਾ ਪਾਰਟ ਵੀ ਤੁਸੀਂ ਕਰ ਹੀ ਲੈਣੇ ਹੁੰਦੇ ਹੋ অলਮੋਸਟ ਚਲੋ ਮੇਨ ਸਟੋਰੀ ਤੇ ਆਜੋ ਆਈ ਵਿਵਿਡਲੀ ਰਿਮੈਂਬਰ ਇਟ ਵਾਸ ਅ ਟਾਈਮ ਵੈਨ ਆ ਵਾਸ ਇਨ ਮੇ 10th ਸਟੈਂਡਰਡ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮੈਂ ਆਪਣੀ 10ਵੀਂ ਕਲਾਸ 'ਚ ਸੀਗਾ ਜਾਂ ਸੀਗੀ ਠੀਕ ਹੈ ਐਟ ਦ ਟਾਈਮ ਆਈ ਡਿਡ ਪਾਰਟਿਸਿਪੇਟ ਇਨ ਟੈਲੈਂਟ ਸਰਚ ਕੰਪੀਟੀਸ਼ਨ ਵਿਚ ਵਾਸ ਹੈਲਡ ਬਾਈ ਆਰ ਸਕੂਲ ਅਥਾਰਟिटीज ਏ ਉਦੋਂ ਮੈਂ ਟੈਲੈਂਟ ਸਰਚ ਕੰਪੀਟੀਸ਼ਨ ਦੇ ਵਿੱਚ ਪਾਰਟ ਲਿਆ ਜਿਹੜਾ ਕਿ ਸਾਡੇ ਸਕੂਲ ਅਥਾਰਟिटीज ਦੇ ਦੁਆਰਾ ਰੱਖਿਆ ਗਿਆ ਸੀਗਾ ਠੀਕ ਹੈ ਮਾਈ ਟਾਸਕ ਵਾਸ ਪੇਂਟਿੰਗ ਮੇਰਾ ਟਾਸਕ ਪੇਂਟਿੰਗ ਦਾ ਸੀਗਾ ਠੀਕ ਹੈ ਹੁਣ ਦੇਖੀ ਚਲੋ ਆਰਟ ਐਂਡ ਕ્રાਫਟ ਦੀ ਗੱਲ ਆ ਗਈ ਇੱਥੇ ਠੀਕ ਹੈ ਟੂ ਬੀ ਓਨੈਸਟ ਇਟ ਵਾਸ ਐਕਸਟ੍ਰੀਮਲੀ ਸੌਰੀ ਮਾਈ ਵੌਇਸ ਇਸ ਪੰਬਲਿੰਗ ਮੈਂ ਥੋੜਾ ਫਾਸਟ ਬੋਲ ਰਿਹਾ ਮੇਬੀ ਓਕੇ ਟੂ ਬੀ ਓਨੈਸਟ ਮਾਈ ਇਟ ਵਾਸ ਓ ਮਾਈ ਗਾਡ ਸੌਰੀ to be honest it was extremely difficult for me this is because i had a zero knowledge of painting ਤਾਂ ਡਿਸਕ੍ਰਾਈਬ ਅ ਡਿਫਿਕਲਟ ਥਿੰਗ ਥੈਟ ਯੂ ਡਿਡ ਉਹਦੀ ਗੱਲ ਆ ਗਈ ਠੀਕ ਹੈ ਤਾਂ ਇਮਾਨਦਾਰੀ ਨਾਲ ਦੱਸੇ ਬਹੁਤ ਔਖਾ ਕੰਮ ਸੀ ਕਿਉਂਕਿ ਮੈਨੂੰ ਜ਼ੀਰੋ ਨੌਲੇਜ ਸੀਗੀ ਉਸ ਟਾਈਮ ਤੇ ਪੇਂਟਿੰਗ ਦੇ ਬਾਰੇ ਬਟ ਮੈਂ ਟੀਚਰ ਰੋਟ ਮਾਈ ਨੇਮ ਫॉर ਦਿਸ ਕੰਪੀਟੀਸ਼ਨ ਬਿਕੋਜ਼ ਹੀ ਵਾਂਟਡ ਟੂ ਕੰਪਲੀਟ ਦੀ ਨੰਬਰ ਆਫ ਪਾਰਟਿਸਪੈਂਟਸ ਪਰ ਮੇਰੇ ਟੀਚਰ ਨੇ ਮੇਰਾ ਨੇਮ ਲਿਖ ਦਿੱਤਾ ਕਿਉਂਕਿ ਉਹ ਬਸ ਇਹੀ ਚਾਹੁੰਦਾ ਸੀ ਵੀ ਮੈਂ ਪਾਰਟਿਸਪੈਂਟਸ ਜਿਹੜੇ ਨੇ ਉਹ ਕੰਪਲੀਟ ਕਰ ਰਹੇ ਨੇ ਠੀਕ ਹੈ ਨੰਬਰ ਉਹਨਾਂ ਦੇ ਕੰਪਲੀਟ ਕਰ ਲੈਣ ਉਹਨੇ ਮੇਰਾ ਨਾਮ ਲਿਖ ਦਿੱਤਾ ਠੀਕ ਹੈ ਇਵਨ ਦੋ ਵੀ ਵਰ ਅਲਾਉਡ ਟੂ ਬ੍ਰਿੰਗ ਆਰ ਮੋਬਾਈਲ ਫੋਨ ਵਿਦ ਅਸ ਹਾਲਾਂਕਿ ਉਸ ਦਿਨ ਅਸੀਂ ਅਲਾਉ ਕਿਉਂਕਿ ਪਾਰਟੀ ਚੱਲ ਰਹੀ ਸੀ ਨਾ ਇੱਕ ਫੰਕਸ਼ਨ ਸੀਗਾ ਸਾਨੂੰ ਅਲਾਉ ਕੀਤਾ ਗਿਆ ਕਿ ਤੁਸੀਂ ਆਪਣੇ ਮੋਬਾਈਲ ਫੋਨ ਲਿਆ ਸਕਦੇ ਹੋ ਠੀਕ ਹੈ ਬਟ ਡਿਊ ਟੂ ਕੰਪੀਟੀਸ਼ਨ ਆ ਵਾਸ ਨਾਟ ਅਲਾਉ ਟੂ ਯੂਜ਼ ਇਟ ਲਿਆਉਣਾ ਅਲਾਉ ਸੀਗਾ ਬਟ ਯੂਜ਼ ਕਰਨਾ ਅਲਾਉ ਨਹੀਂ ਸੀਗਾ ਠੀਕ ਹੈ ਤਾਂ ਡਿਸਕ੍ਰਾਈਬ ਐਨ ਓਕੇਜ਼ਨ ਤਾਂ ਆਪਣੇ ਟੈਲੈਂਟ ਸਰਚ ਇੱਕ ਓਕੇਜ਼ਨ ਹੀ ਹੈ ਠੀਕ ਹੈ ਜਦੋਂ ਤੁਸੀਂ ਆਪਣਾ ਮੋਬਾਈਲ ਫੋਨ ਯੂ ਆਰ ਨਾਟ ਅਲਾਉ ਟੂ ਯੂਜ਼ ਯੋਰ ਮੋਬਾਈਲ ਫੋਨ ਠੀਕ ਹੈ ਉਹਦੀ ਗੱਲ ਆ ਗਈ ਅੱਗੇ ਚੱਲਦੇ ਹਾਂ ਹੁਣ ਆਜੋ ਆ ਵਾਸ 기ਵਨ ਦੀ ਟਾਸਕ ਆਫ ਮੇਕਿੰਗ ਤਾਜਮਹਿਲ ਮੈਨੂੰ ਇੱਥੇ ਪੈਸਿਵ ਯੂਜ਼ ਕੀਤਾ ਆਪਾਂ ਆਈ ਵਾਸ 기ਵਨ ਠੀਕ ਹੈ ਤਾਂ ਮੈਨੂੰ ਤਾਜਮਹਿਲ ਨੂੰ ਮੇਕ ਕਰਨ ਦਾ ਟਾਸਕ ਦਿੱਤਾ ਗਿਆ ਐਂਡ ਲੱਕਲੀ ਦੀ ਬਲਰ ਇਮੇਜ ਆਫ ਤਾਜਮਹਿਲ ਵਾਸ ਇਨ ਮਾਈ ਮਾਈਂਡ ਤੇ ਖੁਸ਼ਕਿਸਮਤੀ ਨਾਲ ਇੱਕ ਧੁੰਦਲੀ ਜੀ ਤਸਵੀਰ ਮੇਰੇ ਦਿਮਾਗ 'ਚ ਸੀ ਕੀ ਤਾਜਮਹਿਲ ਦੀ ਠੀਕ ਹੈ ਇਫ ਆਈ ਹੈਡ ਮਾਈ ਮੋਬਾਈਲ ਜੇ ਮੇਰੇ ਕੋਲ ਮੇਰਾ ਮੋਬਾਈਲ ਹੁੰਦਾ i could see the image of i could see the image of it ਹੁਣ ਆਪਾਂ ਕੀ ਕਹਿ ਰਹੇ ਆ ਕਿ ਮੇਰੇ ਮਾਈਂਡ 'ਚ ਇੱਕ ਧੁੰਦਲੀ ਜਿਹੀ ਇਮੇਜ ਸੀਗੀ ਤਾਂ ਆਪਾਂ ਨੂੰ ਦੂਜਾ ਕਯੂ ਕਾਰਡ ਕਿਹੜਾ ਯੂ ਆਰ ਨੋਟ ਅਲਾਉਡ ਟੂ ਯੂਜ਼ ਯਰ ਮੋਬਾਈਲ ਫੋਨ ਤਾਂ ਜੇ ਮੇਰੇ ਕੋਲ ਮੇਰਾ ਮੋਬਾਈਲ ਹੁੰਦਾ ਮੈਂ ਦੇਖ ਸਕਦਾ ਸੀ ਇਹਦੀ ਇਮੇਜ ਨੂੰ ਇਟ ਲਾ ਦਿੱਤਾ ਤਾਜਮਹਿਲ ਵਾਸਤੇ ਠੀਕ ਹੈ ਬਟ ਆਈ ক্লোਜ਼ਡ ਮਾਈ ਆਈਜ਼ ਐਂਡ ਸਟਾਰਟਡ ਟੂ ਇਮੇਜਿਨ ਦੀ ਸਟਰਕਚਰ ਆਫ ਤਾਜਮਹਿਲ ਹੁਣ ਮੋਬਾਈਲ ਤਾਂ ਸੀਗਾ ਨਹੀਂ ਫਿਰ ਮੈਂ ਕੀ ਕੀਤਾ ਜੀ ਮੈਂ ਆਪਣੀ ਅੱਖਾਂ ਬੰਦ ਕੀਤੀਆਂ ਤੇ ਤਾਜਮਹਿਲ ਦਾ ਇੱਕ ਤਸਵੀਰ ਨੂੰ ਲਾਈਕ ਇਮੇਜਿਨ ਕਰਨਾ ਸ਼ੁਰੂ ਕਰ ਦਿੱਤਾ ਠੀਕ ਹੈ ਤਾਂ ਡਿਸਕ੍ਰਾਈਬ ਅ ਟਾਈਮ ਵੈਨਿਊ ਇਮੇਜਿਨ ਠੀਕ ਹੈ ਉਹ ਵਾਲ ਆ ਗਿਆ ਵੈਨ ਦੀ ਫਾਈਨਲ ਪ੍ਰੋਡਕਟ ਕੇਮ ਜਦੋਂ ਫਾਈਨਲ ਪ੍ਰੋਡਕਟ ਬਣ ਕੇ ਸਾਹਮਣੇ ਆਇਆ ਪੇਂਟਿੰਗ ਦਾ ਆ ਵਾਸ ਡਿਲਾਈਟਡ ਮੈਂ ਬਹੁਤ ਖੁਸ਼ ਸੀਗਾ ਡਿਊ ਟੂ ਡਿਫਿਕਲਟ ਟਾਸਕ ਡਿਫਿਕਲਟ ਟਾਸਕ ਦੇ ਕਰਕੇ ਇਟ ਟੁਕ ਮੀ ਅਰਾਊਂਡ 30 ਮਿੰਟਸ ਬਟ ਆਈ ਕੰਪਲੀਟਡ ਥਿਸ ਵਿਦ ਇਨ ਟਾਈਮ ਇਹਦੇ ਲਈ ਮੈਨੂੰ 30 ਮਿੰਟ ਲੱਗੇ ਪਰ ਮੈਂ ਟਾਈਮ ਦੇ ਵਿੱਚ ਵਿੱਚ ਇਹਨੂੰ ਕੰਪਲੀਟ ਕਰ ਦਿੱਤਾ ਗਿਆ ਜੋ ਵੈਨ ਇਟ ਕਮਸ ਟੂ ਦੀ ਕੁਐਸਚਨ ਦੈਟ ਵਾਟ ਆਈ ਫੈਲਟ ਅਬਾਊਟ ਥਿਸ ਹੁਣ ਗੱਲ ਜਦੋਂ ਇਸ ਸਵਾਲ ਤੇ ਆਉਂਦੀ ਹੈ ਕਿ ਮੈਂ ਇਹਦੇ ਬਾਰੇ ਕੀ ਫੀਲ ਕੀਤਾ ਟੂ ਬੀ ਓਨੈਸਟ ਇਮਾਨਦਾਰੀ ਨਾਲ ਦੱਸਾਂ ਆਈ ਹੈਵ ਨਥਿੰਗ ਟੂ ਸਪੀਕ ਇਲ ਅਬਾਊਟ ਥਿਸ ਮੇਰੇ ਕੋਲੇ ਕੁਝ ਵੀ ਬੁਰਾ ਹੈ ਨਹੀਂ ਜੀ ਇਹਦੇ ਬਾਰੇ ਬੋਲਣ ਨੂੰ ਇਵਨ ਆਈ ਕੈਨ ਸੇ ਥਿਸ ਸਿਚੁਏਸ਼ਨ ਵਾਸ ਫੋਰ ਮੀ ਲਾਈਕ ਕਿਲਿੰਗ ਟੂ ਬਰਡ ਵਿਦ ਵਨ ਸਟੋਨ ਇੱਥੋਂ ਤੱਕ ਕਿ ਮੈਂ ਇਹ ਵੀ ਕਹਿ ਸਕਦਾ ਕਿ ਇਹ ਸਿਚੁਏਸ਼ਨ ਤਾਂ ਮੇਰੇ ਲਈ ਇਦਾਂ ਸੀ ਜਿਵੇਂ ਇੱਕ ਤੀਰ ਨਾਲ ਦੋ ਨਿਸ਼ਾਨੇ ਵਿਦਆਊਟ ਯੂਜ਼ਿੰਗ ਮੋਬਾਈਲ ਫੋਨ मोबाइल फोन बिना यूज किए आई गॉट सैकेंड पोजिशन मैं सैकेंड पोजिशन हासिल की एंड आई वॉज सिलेक्टड फॉर डिस्ट्रिक्ट लैवल कंपीटिशन तो मैं डिस्ट्रिक्ट लैवल कंपीटिशन ली सिलेक्ट हो गया ठीक है ऑल इन ऑल दिस वॉज अ टाइम वैन आई वैन आई वॉज नॉट अलाउड टू यूज़ माई मोबाइल फोन वैन आई डिड पार्टीसिपेट जो भी थोड़ा वो चीज़ चीज़ें तो इतने कह देनी मैं इतने एक्स वाई जेड लिख दता है ठीक है ਤੇ ਦੂਜੀ ਗੱਲ ਉਹ ਆਪਣਾ ਸਪੀਕਿੰਗ ਗਰੁੱਪ ਜੁਆਇਨ ਕਰਨ ਲਈ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਆ ਉਹਨੂੰ ਜੁਆਇਨ ਕਰੋ ਉਹਨੂੰ ਆਪਣੇ ਆਲਸ ਵਾਲੇ ਸਟੂਡੈਂਟਸ ਨਾਲ ਸ਼ੇਅਰ ਕਰੋ ਗਰੁੱਪ ਨੂੰ ਜੁਆਇਨ ਕਰਾਓ ਕੱਲ ਨੂੰ ਸੰਡੇ ਦੀ ਕਲਾਸ ਆ ਫ੍ਰੀ ਆ ਤੇ 6 ਵਜੇ ਕਲਾਸ ਹੁੰਦੀ ਆ ਠੀਕ ਹੈ ਜਿਹੜਾ ਆਫਰ ਦੇ ਵਿੱਚ ਟਾਸਕ ਕੰਪਲੀਟ ਕਰੇਗਾ ਉਹਨੂੰ ਮੈਂ ਦੱਸਾਂਗਾ ਕਿ ਕਿਵੇਂ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੰਬੋ ਕਿਊਗੜ ਓਕੇ ਜੀ ਥੈਂਕ ਯੂ ਮਿਲਦੇ ਆ ਕਿਸੇ ਅਗਲੀ ਵੀਡੀਓ ਚ